लो मेरे वीरे सत श्री अकाल। सनोवर जी जिदा कि पहुंच चुके हैं कपड़े प्रेस करा के, तो आप फगवाड़े अपने भरा ने नवी दुकान खोली आ। दुकान असैसरी वगैरह मोबाइलों की, तो होर भी जिमें कंप्यूटर हो गया, एल ई डियाँ हो गई, ए सी वगैरह हो गए, होर भी कई घेंट घेंट चीज़ा। गड्डी तो बताई मम्मी गगू कितने गया? कुर्ता प्रेस करवाने गए चिट्टा कुर्ता अमल लिया बना लो हम चिट्टे कुर्ते पर गल गल तैयार गल हो दस मिनट मार जा घंटा हो जराबे ने पिया तेर तो लाती महा तां रखदा मोटा तां हाए मोटा जराब पाउण लग इन्ना शकल वेखी मेले वाली लो जी मुंडा कुर्ता मैं पाके पूरा टिच बूट हो गए बैठा कहिंदे मुंडा चला फगवाड़े दी धरती ते कित्थे चले आपां किहदी ओपनिंग ते मोबाइल वाली दुकान की ओपनिंग चले अं बाकी तैयार हो गए मोटे पा बूट जल्दी बाकी तुम मिलते फगवाड़े आप क्रीम वाली लोड ही भरावा लोड ही नहीं उठे कट्टे मिट्टी सेफ्टी आ ते गुगू ने मुड़े नहीं गड्डी लैके कोट गए मित्र जिस कारण नहीं पता मैं भी रह गया ना और पानी चले अभी चलो फोन ता लाला कित्थे आ गए पुछ गुगू नू ला गुगू नू ला फोन पुछ नू कित्थे आ गए तैयार होके खड़े बार लाई तक उन्हें चक लेना लाई तक आप गेड़ा पहला फोन लाके पुछता ला ब्लू स्टार ला ही शुरू फोन गुगू ना गल करा यार दूजे लैदा उल्लू ही गुगू ना ला फोन यार जसपाल ने लगा होना गल दस हेलो हेलो करिए रखो किथे नकोदर ओ चिट्टा कुर्ता पजामा
ਸਾਨੂੰ ਤਾਂ ਪਤਾ ਇਹਦਾ ਖਰਚ ਹੋਇਆ ਮੈਂ ਤੈਨੂੰ ਕਰਦੇ ਕਹਿੰਦਾ ਵਾਲ ਕਟਾ ਕੇ ਆ ਗਿਆ ਮੁੱਛਾਂ ਸਹੀ ਹੋਣ ਵਾਲੀ ਰਹਿ ਗਈਆਂ ਆਏ ਓਏ ਰੱਬਾ ਮਾਤਾ ਵੀ ਹੋ ਗਿਆ गल सुन गल सुन हूं वधिया गल गल सुन वापस सुन है वापस आ गया हूं तू तो जाना ही गा बुलट दे भजाया जो मुड़ना नहीं हूं बाद चो तेरा कुछ यकीन है दुबई अंबरसर घूमता रहना तू तेरा कि यकीन करिए ਐਡਾ ਐਡਾ ਮਾੜਾ ਬੰਦਾ ਇਹ ਛੱਡ ਆਇਆ ਸਾਨੂੰ ਤੇ ਆਪ ਇੱਥੇ ਨਹੀਂ ਇੱਕ ਮਿੰਟ ਗੱਲ ਸੁਣ ਗੱਲ ਦਾ ਸੁਣ ਨਹੀਂ ਗੱਗੂ ਏ ਮੈਂ ਤੇ ਆਪਣਾ ਬੰਦਾ ਕਿਵੇਂ ਬੋਲਾਂ ਨਹੀਂ ਸੁਨਵਰਾ ਇਹਨੂੰ ਪੁੱਛ ਪਹਿਲਾਂ ਕੋਈ ਮੈਡਲ ਮਿਲੇ ਨਹੀਂ ਇਹਨੂੰ ਕੁਛ ਮੈਡਲ ਮਿਲੇ ਕਾਲੀ ਚ ਆਇਆ ਕੋਈ ਹਾਰ ਪਾਤਾ ਤੈਨੂੰ ਵੱਖਰਾ तेनू भी पाया मैं तैयार हो तू भी आप ਜਦੋਂ ਫੋਨ ਲਾਇਆ ਨਾ ਕਹਿੰਦੇ ਨਕੋਦਰ ਕੱਚਾ ਹੋ ਗਿਆ ਔਰ ਕਹਿਣ ਚ ਤਾਂ ਖਾਣ ਨੂੰ ਚਾਹੀਦਾ ਕੋ ਜਾ ਦਿੱਤਾ ਵੈ ਤੁਹਾਨੂੰ ਖਾਣ ਨੂੰ ਚਾਹੀਦਾ ਮੇਰੀ ਬੇਇੱਜ਼ਤੀ ਕਰਦੇ ਮੈਂ ਪਹੁੰਚਾਉਣਾ ਖਾਣ ਨੂੰ ਚਾਹੀਦਾ ਕੋ ਹੈ ਕੀ ਖਾਣੇ ਨਹੀਂ ਵਾਧੂ ਕੋ ਮਗਾਵਾ ਮਗਾ ਲੈਣ ਵੀਰ ਜੀ ਵੀਰ ਜੀ ਸੁਣੀ ਨਹੀਂ ਬਾਈ ਜੀ ਸਾਰੀ ਗੱਲ ਸੁਣੋ ਬਾ ਵਧੀਆ ਮੈਂ ਕਿਹਾ ਗੱਲ ਸੁਣੋ ਤੁਸੀਂ ਦੂਰੇ ਹੀ ਆ ਦਿੱਤੇ ਇੱਥੇ ਜੀ ਗੁਰੂ ਮੈਂ ਨਾ ਥੋੜ੍ਹੀ ਥੋੜ੍ਹੀ ਚੀਜ਼ ਸਾਰੀਆਂ ਪਲੇਟਾਂ 'ਚ ਪਾ ਕੇ ਲੈ ਆਓ ਸੱਚੀ ਗੱਲ ਕਰ ਖਾਣਾ ਵਾ ਮੈਂ ਮੁੱਠੇ ਆ ਉਰੇ ਬੈਠੇ ਆ ਕਿਹਾ ਯਾਰ ਤੂੰ ਵੀ ਰਲ ਗਿਆ ਨਾ ਉਹਦੇ ਨਾਲ ਅੱਜ ਵੱਡੇ ਨਾਲ ਰਲ ਗਿਆ ਕਿੱਡੀ ਗੱਲ ਆ ਕੰਮ ਅਸੀਂ ਆਉਣਾ ਤੇਰੇ ਕਹਿੰਦਾ ਮੈਨੂੰ ਤਾਂ ਦੇਖਦਾ ਰਹੇਗਾ ਇਹਦੇ ਅੱਜ ਸ਼ਾਮ ਨੂੰ ਸਟੂਡੀਓ ਜਾ ਕੇ ਮੁੱਕੀਆਂ ਫੇਰਨੀਆਂ ਇਹਦੇ ਪਿੱਤਾ ਇਹਦਾ ਸਜਾਦ ਨਾ ਅੱਜ ਠੁੱਡੇ ਮਾਰ ਮਾਰ ਕੇ ਬੈਗ ਬਣਾਈ ਬੈਗ ਲੈ ਸਮਾਨ ਲੈਣਾ ਇੱਕ ਉਹ ਮਗਰ ਵੇਖ ਕੜਛੀ ਦੇ ਮੂੰਹ ਵਾਲਾ ਵੇਖ ਬਹਿ ਗਿਆ ਇੱਦਾਂ ਉਹਦਾ ਫੱਬ ਕੇ ਨਾਲ ਹੁੱਬ ਕੇ ਕੀ ਕਰਨਾ ਜੀ ਤੂੰ ਆਪ ਚੱਕਿਆ ਲੱਗਦਾ ਮੈਨੂੰ ਟਾਈਮ ਐਵੇਂ ਕਹਿੰਦੇ ਹੁੰਦੇ ਵੱਟੋ ਵੱਟੋ ਵੱਟ ਹੀ ਭਜਾਇਆ ਜੱਟ ਨੀ ਐ ਆ ਭਜਾਇਆ ਕਿ ਨਹੀਂ ਵੱਟੋ ਵੱਟ ਜੱਟ ਉਹ ਪਿਆ ਕਿ ਨਹੀਂ ਜੱਟ ਵੱਟੋ ਅੱਜ ਚਾਹ ਪੀਵਾਂਗੇ ਅਸੀਂ ਹੋਰ ਕੋਈ ਕਹਿਣਾ ਚਾਹੋਗੇ ਤੁਸੀਂ ਆਵੇ ਓਏ ਜਸਪਾਲ ਇੱਧਰ ਨੂੰ ਵੇਖੀ ਹੁਣ ਸੌਂ ਖਾ ਕੇ ਦੱਸਿਓ ਆ ਕਾਪਰ ਗਿਆ ਮੂੰਹ ਨਹੀਂ ਇਹਦਾ ਭਾਜੀ ਚਾਹ ਨਾ ਕੋਲਡ ਡਰਿੰਕ ਕਿੱਥੇ ਠੀਕ ਆ ਪੀ ਲੈਂਦੇ ਖਾਣੇ ਵੱਖੋ ਵੱਖਰੇ ਬਣੇ ਹੋਏ ਆ ਕੋਈ ਗੱਲ ਨੀ ਮੈਂ ਅੱਗੇ ਸਾਫ ਕਰਕੇ ਮੈਂ ਹਰੇ ਮੈਂ ਜਦੋਂ ਵੀ ਨਿਕਲਦਾ ਗੱਡੀ ਮੈਂ ਵੇਖਦਾ ਹੁੰਦਾ ਗੱਡੀ ਦੇ ਸ਼ੀਸ਼ੇ ਸਾਫ ਹੋਣ ਕਰਕੇ ਕਹਿੰਦਾ ਹੁੰਦਾ ਮੈਂ ਤੁਹਾਨੂੰ ਸਹੀ ਗੱਲ ਆਹ ਗੱਲਾਂ ਕਰਕੇ ਕਹਿੰਦਾ ਹੁੰਦਾ ਗੱਗੂ ਦੇ ਹੱਥ 'ਚ ਕਦੇ ਨੈਵੀਗੇਸ਼ਨ ਨਾ ਫੜਾਓ ਜ਼ਿੰਦਗੀ 'ਚ ਨੈਵੀਗੇਸ਼ਨ ਨਾ ਫੜਾਓ ਇਹਦੇ ਹੱਥੇ ਉਹ ਕੀ ਕਹਿੰਦਾ ਏ ਨੈਵੀਗੇਸ਼ਨ ਨਹੀਂ ਫੜਾਉਣੀ ਚਾਹੀਦੀ ਤੁਹਾਨੂੰ ਪਰਲੇ ਦੇ ਹੱਥ 'ਚ ਮਗਰ ਲਾ ਵੇ ਲੋ ਪਾ ਕਦੇ ਨਹੀਂ ਕਦੇ ਤੁਸੀਂ ਯਾਰ
ਫੜਾਵੇ ਭਰਾਵਾ ਇਹਦੇ ਯਕੀਨ ਤੇ ਕਦੇ ਕਦੇ ਵੀ ਨਾ ਜਾਵੇ ਅੱਗੇ ਪਿੱਛੇ ਰਾਹ ਭਰਾਵਾ ਇਹਦੇ ਯਕੀਨ ਤੇ ਨਾ ਜਾਵੇ ਚੱਲ ਉਹਨਾਂ ਨੂੰ ਨੈਵੀਗੇਸ਼ਨ ਸਾਨੂੰ ਸੈਂਡ ਕਰੋ ਜੈਪੁਰ ਵੀ ਵਧੀਆ ਸੜਕ ਤੇ ਲੈ ਆਇਆ ਉਹਦਾ ਭਰਾਵਾ ਉਹ ਆਪੇ ਹੀ ਖੁੰਝ ਗਿਆ ਮੈਂ ਬਾਅਦ ਚੋਂ ਸਹੀ ਰਾਹ ਲਿਆਂਦਾ ਉਹਨੂੰ ਉੱਠ ਕੇ ਬੰਦ ਕਰ ਦੱਸਦਾ ਤੈਨੂੰ ਫਿਰ ਮੈਂ ਅੱਛਾ ਉਹ ਤਾਂ ਗੱਲ ਛੱਡ ਸ਼ਾਮ ਨੂੰ 4 ਵਜੇ ਕਿਹੜਾ ਭੋਗ ਹੁੰਦਾ ਤੇ ਕਿਹੜਾ ਵਿਆਹ ਹੁੰਦਾ ਵਿਆਹ ਆ ਵੇਲਾ ਲਾਲਿਆਂ ਦਾ ਵਿਆਹ ਲੈਂਦਾ ਅੱਛਾ ਠੀਕ ਆ ਹੁਣ ਚੱਲਦੇ ਚੱਲ ਗਿਆ ਆਰਤੀਏ ਤੇ ਜਾਣਾ ਕਾ ਵਿਆਹ ਭਰਾ ਆਰਤੀ ਲਾਲੇ ਹੁੰਦੇ ਜ਼ਰੂਰੀ ਹਾਂ ਉਹਨਾਂ ਦਾ ਲਾਲਾ ਹੀ ਆ ਉਹਨਾਂ ਦਾ ਲਾਲਾ ਹੀ ਆ ਖਤਮ ਹੋ ਜਾਣੀ ਆ ਜਿੱਦਣ ਇਸ਼ੂ ਨੇ ਸੈਲਫੀਆਂ ਬਣਾਉਣਾ ਹਟਣਾ ਠੀਕ ਆ ਨਾ ਸਿੱਧੀ ਜੀ ਗੱਲ ਆ ਹਾਂਜੀ ਤੁਹਾਨੂੰ ਕਿੱਦਾਂ ਦਾ ਲੱਗਾ ਮਗਰੋਂ ਲੈ ਲੈ ਜਾ ਮਗਰੋਂ ਆਹੋ ਤੇ ਕਿੱਦਾਂ ਦਾ ਲੱਗਾ ਸਾਨੂੰ ਮਿਲ ਕੇ ਕੱਲੇ ਕੱਲੇ ਬੰਦੇ ਦਾ ਦੱਸਿਆ ਜਾਵੇ ਜਿਸ ਕਾਰਨ ਕਿੱਦਾਂ ਦਾ ਲੱਗਾ ਅੱਛਾ ਮਗਰ ਲੈ ਸਨੋਵਰ ਤੇ ਗੱਗੂ ਜੀ ਬਹੁਤ ਚੰਗਾ ਬਾਈ ਸ਼ੁਕਰ ਮਨਾ ਨਹੀਂ ਤੇ ਤੈਨੂੰ ਬਦਤਮੀਜ਼ ਕਹਿਣਾ ਸੀ ਹੋਰ ਵਧੀਆ ਚਲੋ ਥੈਂਕ ਯੂ ਨਾਈਸ ਟੂ ਮੀਟ ਯੂ ਰਿਹਾ ਮੂੰਹ ਖਾਧਿਆ ਮੁੱਕੀਆਂ ਮਾਰਾਂ ਤੇਰੇ ਤੁਸੀਂ ਰਹਿ ਗਏ ਜੇ